ਰੀਜ਼ਨ ਬਿਲਕੁਲ ਮਰਜ਼ੀ ਜਾ ਕੇ ਪੁੱਛਣਾ ਪਤਾ ਜਿਸ ਟਾਈਮ ਜਿੰਸੀ ਤੌਰ ਤੇ ਕੋਈ ਹੋਣਾ ਪਤਾ ਨਹੀਂ ਲੱਭ ਹਾਂ ਦੱਸ ਛੋੜਦੀਆਂ ਨੇ ਕਿਹੜੇ ਮੁਕਾਮ ਉੱਪਰ ਤਾਂ ਹਕੀਕਤ ਗੱਲ ਹੈ ਇਹ ਸਭ ਦੀ ਮੇਨ ਮਸਲਾ ਹੀ ਇਹ ਹੁੰਦਾ ਜਿਤਨਾ ਪਤਾ ਜਿੰਸੀ ਤੌਰ ਤੇ ਕਮਲ ਉਤਨਾ ਲੰਘੀ ਆਉਣਗੀਆਂ ਸਭ ਮੈਂ ਜੋ ਹਲਕੇ ਗਹਿਰੇ ਹੋਈਆਂ ਹੁੰਦੇ ਨੇ ਮੇਲੇ ਸ਼ੁਰੂ ਤੋਂ ਨੇ ਇਸੇ ਤਰ੍ਹਾਂ ਤੇਰੀਆਂ ਚੰਗੀਆਂ ਭਲੀਆਂ ਕੀ ਹੈ ਤੇਰੀ ਡੂੰਗੀਆਂ ਨਹੀਂ ਅਸੂ ਡੂੰਗੀਆਂ ਹਲਕੇ ਦਾ ਕੋਈ ਨਹੀਂ ਹੁੰਦਾ ਤਾਂ ਹੀ ਕੇ ਇਨਸਾਨ ਹੀ ਕਹੇ ਨਹੀਂ ਸ਼ੁਰੂ ਤੂੰ ਨੇ ਨਹੀਂ ਯਾਰ ਇਸੇ ਤਰ੍ਹਾਂ ਨਹੀਂ ਆ ਨਹੀਂ ਵੀ ਬਹੁਤ ਵੱਡਾ ਕੀ ਹੁੰਦਾ ਕਿਹੜਾ ਕੇ ਨਾ ਉਸ ਪੰਜਾਬ ਮੇਰਾ ਉਹਦੀ ਗਾਂ ਵੀ ਇਸੇ ਤਰ੍ਹਾਂ ਨਹੀਂ ਆ ਵਿੱਚ ਨਹੀਂ ਆ ਤੂੰ ਐਦੀਆਂ ਤੱਕ ਲੈ ਖਾਂ ਐਦੀਆਂ ਕੇ ਦੋ ਜੜੇ ਨੇ ਐਦੀਆਂ ਨਹੀਂ ਫੀ ਸਾਹਿਬ ਕਿਤੇ ਪੱਕੀ ਸਹੀ ਹੈ ਨਿੰਦੇ ਪੂਰੀ ਕਰਨ ਦੇ ਉਹ ਪੈਸਾਂ ਨਾਲ ਢਲ ਜਾਂਦੀਆਂ ਨਾ ਸ਼ਰਤ ਲਾ ਲੈ ਹੈ ਨਾਲੇ ਪੈਸੇ ਸੀ ਜੋ ਹੁਣ ਦੋ ਤਰੇ ਜਗਰਾਤੇ ਵੀ ਹੁਣ ਫਿਰ ਇਸੇ ਤਰ੍ਹਾਂ ਹੁੰਦਾ ਅੱਜ ਦਾ ਪੈਚਾਰਾ ਮਿਲਿਆ ਅੱਛਾ ਮੈਂ ਆਮ ਵਿੱਚ ਅਮ ਜੀ ਨੇ ਗਨਾਵਾਂ ਦੀ ਪੰਡ ਆਪਣੀ ਮਰਜ਼ੀ ਨਾਲ ਖੁਸ਼ੀ ਨਾਲ ਲਾ ਦਿੰਦਾ ਕਿਹੜੀ ਭੈਣ ਪਤਾ ਲੱਗਦਾ ਅੱਛਾ ਕੇ ਅਮਦੀਨ ਦੀ ਗੱਲ ਹੀ ਸੁਣਾਨਾ ਨਾ ਤਾਂ ਕੀ ਹੋ ਗਿਆ ਅਮਦੀਨ ਨੂੰ ਕੌਣ ਨੀ ਜਾਣਦਾ ਯਾਰ ਅਸੀਂ ਗੱਲ ਸੁਣਨ ਲੱਗੇ ਆ ਤਾਂ ਹੀ ਆਖਿਆ ਨਾ ਕਿਹੜੀ ਆ ਮਦੀਨ ਐਡੀ ਪਰਸਨੈਲਿਟੀ ਸਾਰਿਆਂ ਨੂੰ ਪਤਾ ਉਹਦਾ ਉਹ ਨਾਲੇ ਕੌਣ ਆ ਅਸਲ ਗੱਲ ਤੱਕੋ ਨਾ ਮੈਂ ਉਹਦੀਆਂ ਅੱਖਾਂ ਭੈਣ ਚੋਦ ਦੀਆਂ ਬਾਹਰ ਆਵੀ ਜਾਂਦੀਆਂ ਨੇ ਵਿੱਚ ਵੜਨ ਦੀ ਬਜਾਏ ਬਾਹਰ ਕਿੱਥੇ ਸੀ ਐਥਾ ਆਇਆ ਮਾਨੇ ਉਹਦੇ ਹੋਏ ਬਾਹਰ ਸੀ ਅੱਗ ਬਹਾਓ ਜੀ ਅੱਗ ਬਹਾਓ ਮਮਦੀਨ ਦੀ ਗੱਲ ਜੇ ਬੱਜੀ ਤਾਂ ਉੱਥੇ ਥੱਪ ਛੋੜੀ ਆ ਵੀ ਆਦਾ ਮਸਾਰੇ ਤੂੰ ਜਰਸੀ ਆਪਣੀ ਮਰਜ਼ੀ ਨਾਲ ਮੰਗਣਾ ਤੇ ਮੈਂ ਨਾ ਦਿੰਦਾ ਜਾਂ ਕੇ ਗੁਦਾਸ ਫਿਰ ਮਰਜ਼ੀ ਨਾਲ ਦੇਣਾ ਫੇਰ